ਗੁਰੂ ਵਾਲੀ ਪੁਰ ਦੇ ਖੇਡ ਮੇਲੇ ਦੀਆਂ ਹੈ ਬਲਕਿ ਸੇ ਦਿਓਲ ਸਾਹਿਬ ਵੱਲੋਂ ਬੇਨਤੀ ਹੈ ਕਿ 23 ਤੇ 24 ਤਰੀਕਾਂ ਇਹ ਬਨਵਾਲੀਪੁਰ ਦੇ ਖੇਡ ਮੇਲੇ ਦੀਆਂ ਹੈ ਤੇ ਤਲਵੰਡੀ ਭਰੋ ਦੀ ਹੈ ਖੇਡ ਮੇਲਾ ਪਹਿਲੀ ਵਾਰ ਪਿਛਲੇ ਸਾਲ ਕਰਵਾਇਆ ਗਿਆ ਜਿੱਥੇ ਕਿ ਬਹੁਤ ਵਧੀਆ ਮੇਲਾ ਤੇ ਇਸ ਕੀ ਦੂਸਰਾ ਖੇਡ ਮੇਲਾ ਹੈ ਤਲਵੰਡੀ ਭਰੋ ਦਾ 26 ਤੇ 27 ਤਰੀਕਾਂ ਔਰ ਵੀ ਗੁੱਡ ਮੁੰਡਿਆ ਮੈਨੂੰ ਪਤਾ ਔਰ ਸਾਡੇ ਮੱਖਣ ਅਲੀ ਜੀ ਅਗਲੇ ਮੈਚ ਦੀ ਕਮੈਂਟਰੀ ਕਰਨਗੇ ਕਾਲਾ ਸਿੰਘ ਹੈ ਇਹ ਤੇ ਪਟੋਰੀ ਮਟਵਾਂ ਦੀ ਇਹ ਟੀਮਾਂ ਜਲਦੀ ਰਿਪੋਰਟ ਕਰਨ ਖੇਡ ਮੈਦਾਨ ਅੰਦਰ ਉਸ ਪਿੰਡ ਦੀ ਗੱਲ ਬਾਅਦ ਦੇ ਵਿੱਚ ਜਿਹੜਾ ਨੌਜਵਾਨ ਜਿਹੜੇ ਇੰਗਲੈਂਡ ਦੇ ਵਿੱਚ ਜਾਣ ਸੇ ਬਾਅਦ ਮੇਰੀ ਗੱਲ ਹੋਵੇਗੀ ਦੇ ਪਾਸੇ ਅਖਤਰ ਦੀ ਰੇਡ ਦੇ ਨਾਲ ਜੁੜੀ ਹੈ ਬਾਅਦ ਵਧੀਆ ਨੰਬਰ ਜੋ ਹੈ ਅਖਤਰ ਦੀ ਚੱਲ ਵੀ ਰੁਪਿਆ ਪਾ ਕੇ ਵੱਡੀ ਨੌਜਵਾਨ ਦਾ ਲੋਕੀ ਖੜਖੜ ਵੇਖਣ ਤੇ ਖੱਬੂ ਖੱਬਰੂ ਖੇਡਣ ਜਦੋਂ ਕਬੱਡੀ ਇਹ ਹੈ ਨੌਜਵਾਨ ਰੂਪਾ ਔਰ ਕਾਲ ਸਿੰਘ ਹੈ ਬੀ ਟੀਮ ਦੇ ਚਾਰਾਂ ਦੇ ਵਿੱਚ ਸਿੱਧਾ ਇੱਕ ਦੇ ਵਜਦਾ ਨੌਜਵਾਨ ਰੂਪਾ ਰਾਜਾ ਕੋਸ਼ਿਸ਼ ਕਰਦਾ ਹੈ ਹਾਂ ਮੇਰੀ ਸਰ ਉਹ ਖੜੇ ਪੈਰ ਹਰਦਾ ਪਿੱਛੇ ਸਜੇ ਕਦੇ ਖੱਬੇ ਹੁੰਦਾ ਹੈ ਆਓ ਗੱਭਰੂ ਚੋਟੀ ਦੇ ਤੀਰਥਬਾਜ ਤੇ ਰਾਜਾ ਦੀਪਾ ਇਹ ਹੈ ਰਾਜਾ ਕਾਲਾ ਸਿੰਘ ਦੀ ਟੀਮ ਦਾ ਇਧਰਲੇ ਪਾਸੇ ਸਿੰਮਾ ਅਗਲੀ ਰੇਡ ਪਾਉਣ ਦੇ ਵਾਸਤੇ ਮੈਦਾਨ ਦੇ ਵਿੱਚ ਗੋਰਾ ਨਿਸ਼ੋਰ ਰੰਗ ਹੈ ਬਹੁਤ ਵਧੀਆ ਕਬੱਡੀ ਦੇ ਖਿਡਾਰੀ ਲਾਓ ਮੁੰਡਾ ਲੰਬੜਾ ਦਾ ਮੈਦਾਨ ਦੇ ਵਿੱਚ ਪਈ ਹੋਈ ਰੇਡ ਤੇ ਕੌਣ ਜਫਲ ਆਵੇਗਾ ਸਿੰਮਾ ਬੀ ਟੀਮ ਦਾ ਖਿਡਾਰੀ ਇਧਰ ਕਹਿੰਦੇ ਵਿਸ਼ਵ ਕਬੱਡੀ ਕੱਪ ਖੇਡਿਆ ਆਹ ਨੌਜਵਾਨ ਭਈ ਵਾਲਾ ਇੰਗਲੈਂਡ ਦੇ ਵਿੱਚ ਰਹਿੰਦਾ ਪੱਕੇ ਤੌਰ ਤੇ ਟੱਕਰਨ ਦੀ ਪੂਰੀ ਕੋਸ਼ਿਸ਼ ਕਰ ਰਿਹਾ ਹੈ ਦੇ ਲਾ ਕੇ ਪਾਣ ਰੇਡ ਰਾਜਾ ਜਿੰਨੇ ਨੇ ਫਿਰ ਆਵੇਗਾ ਸੋਨੂ ਵਾਲੇ ਟੈਂਟ ਉਸ ਵੱਲੋਂ ਉਹਨੇ 700 ਦੇ ਮਾਨ ਸਨਮਾਨ ਦਿੱਤੇ ਜਾਣਗੇ ਅਗਲਾ ਮੈਚ ਖੇਡਣ ਵਾਸਤੇ ਟੀਮਾਂ ਇੱਕ ਲਿਸਟ ਮਿਹਰਬਾਨੀ ਕਰਕੇ ਗਰਾਊਂਡ ਦੇ ਪੁੱਜਦੀ ਕਰ ਦਿਓ ਜੀ ਇੱਕ ਲਿਸਟ ਗੋਪੀ ਜੀ ਗਰਾਊਂਡ ਦੇ ਪੁੱਜਦੀ ਕਰ ਦਿਓ ਬੱਬੂ ਬਹੁਤ ਵਧੀਆ ਨੌਜਵਾਨ ਅਸੀਂ ਸਮਝ ਆ ਬੱਬੂ ਆ ਵੀ ਮਾਨੋ ਦਿੱਲੀ ਆਈ ਹੈ ਨੀਲੋ ਨੇ ਆਪਣੇ ਗੀਤਾਂ ਦੇ ਵਿੱਚ ਗੱਲ ਕੀਤੀ ਗੱਲ ਖੇਡ ਕਬੱਡੀ ਦੀ ਇਸ ਮੈਦਾਨ ਦੀ ਕਰੀਏ ਇਹਨਾਂ ਨੌਜਵਾਨਾਂ ਦੀ ਕਰੀਏ ਚੱਲ ਵੀ ਰਣਜੋਤ ਸਿੰਘ ਅਗਲੀ ਕਬੱਡੀ ਪਾਉਣ ਦੇ ਵਾਸਤੇ ਕਾਲਾ ਸਿੰਘ ਹੈ ਬੀ ਟੀਮ ਦਾ ਰਣਜੋਤ ਸਿੰਘ ਕਬੱਡੀ ਪਾਉਣ ਦੇ ਵਾਸਤੇ ਮੈਦਾਨ ਦੇ ਵਿੱਚ ਵਾਸਤੇ ਪਰ ਇਧਰ ਨੌਜਵਾਨ ਰਣਜੋਤ ਸਿੰਘ ਕਾਲਾ ਸਿੰਘ ਹੈ ਬੀ ਟੀਮ ਦੇ ਵਾਸਤੇ ਬਹੁਤ ਵਧੀਆ ਨੰਬਰ ਦਾ ਜਿਹੜਾ ਹੈ ਵਾਅਦਾ ਕਰਦਾ ਹੋਇਆ ਉਧਰ ਬਲੀਰ ਸਿੰਘ ਸੰਧੂ ਜੋ ਮਧੂ ਦੇ ਨਾਮ ਦੇ ਨਾਲ ਪ੍ਰਸਿੱਧ ਨੇ ਵਾਈ ਕਾਟੋ ਹਮਿਲਟਨ ਕਬੱਡੀ ਕਲੱਬ ਦਾ ਵੱਡਾ ਨਾਮ ਹੈ ਦੀਪੇ ਉਹਨਾਂ ਦੇ ਸੱਦੇ ਦੇ ਉੱਪਰ ਆਏ ਨੇ ਜੀਆ ਨੂੰ ਆਖ ਰਿਹਾ ਉਧਰ ਸੁੱਖਾ ਨੇ ਦਾ ਸਪੋਰਟਸ ਕਲੱਬ ਵੱਲੋਂ ਥੈਂਕ ਯੂ ਚੱਲ ਵੀ ਅਖਤਰ ਪਾ ਕੇ ਵੱਡੀ ਨੌਜਵਾਨ ਹੈ ਇੱਕ ਅਖਤਰ ਢੱਡਿਆਂ ਵਾਲਾ ਸਾਡੇ ਕੋਲ ਪੁੱਜ ਗਿਆ ਅਮਰੀਤ ਸਿੰਘ ਗੋਗਾ ਕਹਿੰਦੇ ਛੋਟੇ ਰੁੜਕੇ ਵਾਲਾ ਲਓ ਇਧਰ ਇੰਗਲੈਂਡ ਦਾ ਕਰਪ੍ਰੀਤ ਸਿੰਘ ਜੋ ਵਿਸ਼ਵ ਕਬੱਡੀ ਕੱਪ ਦੇ ਵਿੱਚ ਲੰਗਰ ਆਬੀਆ ਦੇ ਸੰਦੀਪ ਦੇ ਨਾਲ ਜਿਹਨਾਂ ਜਫੇ ਲਾਏ ਸਨ ਲਓ ਕਰਪ੍ਰੀਤ ਸਿੰਘ ਕੋਸ਼ਿਸ਼ ਕਰਦਾ ਹੈ ਬਹੁਤ ਵਧੀਆ ਜਫਾ ਲਾਉਣ ਦੀ ਪਰਮਜੀਤ ਸਿੰਘ ਸ਼ਿੰਦਰ ਢਪਈ ਵਾਲਾ ਕਬੱਡੀ ਖੇਡਦਾ ਖੇਡਦਾ ਇੰਗਲੈਂਡ ਜਾ ਰਿਹਾ ਹੈ ਦਰਿਆ ਸਿੰਘ ਰੰਧਾਵੇ ਨੇ ਆਪਣੀ ਕਿਤਾਬ ਦੇ ਵਿੱਚ ਗੱਲ ਕੀਤੀ ਲਓ ਇਧਰ ਗੱਲ ਖੇਡ ਕਬੱਡੀ ਦੇ ਸਮਾਧਾਨ ਦੀ ਕਰੀਏ ਵੀ 1993 ਕੈਨੇਡਾ ਦੇ ਕੱਪ ਦਾ ਪ੍ਰੈਸ ਜਾਫੀ ਸਿੱਧ ਬਾਬਾ ਨੇਕੀ ਵੀ ਸਾਡੇ ਕੋਲ ਪੁੱਜ ਗਿਆ ਲਓ ਜੀ ਆਇਆਂ ਨੂੰ ਇਸ ਕਬੱਡੀ ਦੇ ਵੱਡੇ ਮਹਾਕੁੰਭ ਦੇ ਵਿੱਚ ਮਨਦੀਪ ਸਿੰਘ ਦੀਪਾ ਨਿਊਜ਼ੀਲੈਂਡ ਵੱਲੋਂ ਮਨਦੀਪ ਦੇ ਵਾਸਤੇ 500 ਰੁਪਏ ਦੇ ਮਾਨ ਸਨਮਾਨ ਦਿੱਤੇ ਜਾ ਰਹੇ ਨੇ ਦੀਪਾ ਨਿਊਜ਼ੀਲੈਂਡ ਨਿਊਜ਼ੀਲੈਂਡ ਦੁਨੀਆ ਦਾ ਖੂਬਸੂਰਤ ਦੇਸ਼ ਹੈ ਉੱਥੋਂ ਦਾ ਆਕਲੈਂਡ ਦੁਨੀਆ ਦਾ ਖੂਬਸੂਰਤ ਸ਼ਹਿਰ ਮੰਨਿਆ ਗਿਆ ਕਹਿੰਦੇ ਫਰਾਂਸ ਦਾ ਪੈਰਿਸ ਆਸਟਰੀਆ ਦਾ ਵਿਆਨਾ ਔਰ ਇਸੇ ਤਰ੍ਹਾਂ ਕਹਿੰਦੇ ਕੈਨੇਡਾ ਦਾ ਕੈਲਗਰੀ ਇਹ ਦੁਨੀਆ ਦੇ ਖੂਬਸੂਰਤ ਸ਼ਹਿਰ ਨੇ ਲਓ ਇਧਰ ਖੂਬਸੂਰਤ ਰੇਡਰ ਬਹੁਤ ਵਧੀਆ ਨੌਜਵਾਨ ਸਿੰਮਾ ਕਾਲਾ ਸਿੰਘ ਅਮਲ ਬੀ ਟੀਮ ਦੇ ਵਾਸਤੇ ਨੰਬਰ ਜੋੜਦਾ ਹੋਇਆ ਚੱਲ ਵੀ ਰੁਪਿਆ ਪਤਲਾ ਸ਼ਾਂਤਵਾ ਦਾ ਸਰੀਰ ਹੈ ਸਿੱਖਾ ਜਿਹਾ ਖਿਡਾਰੀ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਵਾਸਤੇ ਬੰਧਿਆ ਹੋਇਆ ਅੱਗੇ ਵੱਧ ਕੇ ਕੀਤਾ ਹਮਲਾ ਦੇਖਦਾ ਵੀ ਕਾਲਾ ਸਿੰਘ ਅਮਲ ਸਰਬਜੀਤ ਸਿੰਘ ਕੋਸ਼ਿਸ਼ ਕਰ ਰਿਹਾ ਬੱਲੇ ਬੱਲੇ ਹੋ ਗਈ ਹਲੇ ਵੀ ਸਰ ਬਹੁਤ ਵਧੀਆ ਪੁਆਇੰਟ ਕਿ ਤਾੜੀਆਂ ਜਿੱਦ ਵੱਜਦੀਆਂ ਨੇ ਪਤਾ ਲੱਗਦਾ ਲੋਕਾਂ ਦੇ ਮਨ ਲੱਗਿਆ ਦਾ ਆ ਦੁਨੀਆ ਪੂਜੇ ਯੋਧਿਆਂ ਨੂੰ ਕੋਈ ਨਾਮ ਨਹੀਂ ਲੈਂਦਾ ਭੱਜਿਆਂ ਦਾ ਪੰਜੇ ਸ਼ੇਰਾਂ ਵਾਂਗ ਲੜਦੇ ਆ ਦੇਖੋ ਜਮਕੋ ਕੌਣ ਸਤਾਰਾ ਅੱਡੀ ਚੋਟੀ ਦਾ ਜੋਰ ਹੁਣ ਲੱਗੂਗਾ ਦੁਨੀਆ ਖੜ ਕੇ ਵੇਖੂਗੀ ਨਜ਼ਾਰਾ ਜੱਗੀ ਵੱਲੋਂ ਮਨਜੀਤ ਦੇ ਵਾਸਤੇ 100 ਰੁਪਏ ਦੇ ਮਾਨ ਸਨਮਾਨ ਦਿੱਤੇ ਜਾ ਰਹੇ ਨੇ ਜੱਗੀ ਵੱਲੋਂ ਮਨਜੀਤ ਦੇ ਵਾਸਤੇ 100 ਰੁਪਏ ਦੇ ਮਾਨ ਸਨਮਾਨ ਵੱਡੇ ਮਾਨ ਸਨਮਾਨ ਇਹਨਾਂ ਖਿਡਾਰੀਆਂ ਦੇ ਵਾਸਤੇ ਲਓ ਇੱਧਰ ਮੈਦਾਨ ਦੇ ਵਿੱਚ ਲੱਗਦਾ ਹੋਇਆ ਜੱਫਾ ਰਾਜਾ ਬਹੁਤ ਵਧੀਆ ਕਮਾਲ ਦਾ ਖਿਡਾਰੀ ਸ਼ਾਨਦਾਰ ਜੱਫਾ ਲਾ ਕੇ ਪੁਆਇੰਟ ਆਪਣੀ ਟੀਮ ਦੇ ਵਾਸਤੇ ਜੋੜਦਾ ਹੋਇਆ
अख्तर की कबड्डी जुड़ी बहुत वाली सुंदर जहा शरीर है, सुंदर जी खेल है, सुंदर जी रोड का वखरा जहा नजारा इस मैदान के अंदर है। पई हुई कबड्डी के कौन जफा लावेगा, अगे बद के किया हमला है कि कम रेडर का रेड है पा देनी कोशिश करनी नंबर लेने की जी, नंबर लेना होंगे आसमान हाथ लाना एक गल नहीं करन ते कहन दी जी। ना करप्रीत सिंह तो भई वाल कोशिश कर रहा हमें कभी हमें लागे चला था मुकाबला है। दीपा रियाल भी खेलता, अमन जौल भी खेलता, करप्रीत तो भई वाला भी खेलता है। ये इंग्लैंड के बॉर्न ने, कोई कनेडा का बॉर्न है, कनेडा का जंपल है कि मैं सुनिया यह पर वेख्या नहीं मैनू फिर भी आंदे खात बिलो एक बारी वेखना चाहना तेरा कहो जहा पंजाब बिलो। गल चलती पिपला मेहरा की सत्था में बैठे बाबिया की कहते मूहो नहीं लेती तड़की हुई दाल जो ढाबिया की मैं सुनिया लोग डरते ही नहीं बट लेंदे घरे शराब बिलो एक बारी वेखना चाहना तेरा कहो जहा पंजाब बिलो। लो जो मैदान मनदीप सिंह बहुत वाली कोशिश कर रहा होया पर रूपा बहुत वाला नंबर का वादा करता हो। मैं ढेर करका वेख्या नहीं ना वेख्या छन्ना चूड़ी का दुद्ध पैकेट वाला पीता नहीं पी के वेख्या पूरी का कि उसे तो खंड बनती है जिन्हों कहते लोग कमाद बिलो एक बारी वेखना चाहना तेरा कहो जहा पंजाब बिलो। वालिया टेंट हाउस वालों राजे जी 100 रुपए के मान सम्मान ने ना इधर सीमा काला सिंह हमारा काला सिंह भी टीम के वास्ते वादा करता हो। अगली रेड फिट पही वालों संदीप सन के दीप का मेल एक लली हमारा दुनिया का रुस्तम खिलाड़ी एक बाज मनेगा मेहमर वरिया संदीप एक चीन की कंध बाधा गुरदास वरिया संदीप एक संदीप साड़ी खेड कबड्डी का ग्रेडिएटर एक संदीप खेलता नौजवान कहते भी अकीप पुरी है एक संदीप काला संघ वाला ना काला संघ वाला रंजोत अगली रेड पाने लिए मैदान में वधदा होया। करप्रीत सिंह ना कोशिश कर रहा रखा भी बहुत वाली इंग्लैंड का जंपल खिलाड़ी वही पी बल्ले बल्ले जे लगे ताड़िया मार देंगे आप भी मुंडे का हौसला बदली मार दे ताड़िया जोरदार बहुत वाली रफा लगता हुआ पॉइंट करप्रीत पई सिनेमा दोनों की टीम पुज जाएगी पर सरामपुर की टीम पुज गई है। काला सिंह ए ते पंडोरी मट्टुआ ए टीमां भी बहुत जल्द ग्राउंड दे विच आ जाण सिनेमा दोनों परसरामपुर सिनेमा दोनों की टीम पुजा भी काला सिंह ए ते पंडोरी मट्टुआ बहुत जल्द टीमां ग्राउंड दे विच आ जाण। लाओ इधर पासे बहुत वधिया सरबजीत सिंह शानदार जफा लग के पड़ रहा है वादा करता हुआ बनवालीपुर के बहुत ही सारे सत्कारियों कुलवंत सिंह जी जर्मनी बड़ा मान सम्मान भेजे मैं अपने वालों मलकीत सिंह जी जोश साहबों का कुलवंत सिंह जी जर्मनी वालों का धन्यवाद करता है। लाओ इधर अखदर भी पई हुई कबड्डी से कौन ने हजम ही लाओ जफा मैदान में हुई पे बल्ले बल्ले अगे बद के किया हमला बहुत वाली अख्तर पॉइंट काला सिंह पी टीम के वास्ते नंबर जोड़ता हुआ सैजोवाल के मुड़े वाल खैरा मुद्दोवाल के मुड़े वाल खैरा ये टीम तैयार है जो अगले मैचों के वास्ते बहुत वाली मुकाबले खेले जाएंगे। लाओ इधर संदीप की पेश कबड्डी से बापू का लगता हुआ बहुत वाली जफा से संदीप पई के वास्ते नंबर मैदान में जो है जुड़ता हुआ बैठ कलर दिया फाइनल टीम भी तैयार हो जाए। लाओ सीमा कबड्डी पाने वास्ते तैयार पर तैयार नौजवान रेड पाने वास्ते हल्का जहा चुकया हुआ भी कोई लत्ती ना लग जाए। लाओ मैदान में पई हुई कबड्डी काला सिंह बी टीम वालों अगे बद के करप्रीत सिंह तिपही वाल करता कोशिश इधर पास रेडर के हिस्से जुड़ता हुआ बहुत वाली अंक जिता हर फैसले तलोक सिंह जी मल्ली साहब श्यामा चिंती जी इस मैच के ऑफिशियल हुण दे मैच खेला जाएगा सिदमा दोना ते परसरामपुर आ जाओ नवी टीम जल्दी उस तो बाद काला सिंह ए ते पंडोरी मट्टुआ दोवे टीम ग्राउंड आ जाण मुद्दोवाल के मुले वाल खैरा हुंदर ढड्डा से लल्लिया लखड़ के पड्डा पीरी क्लब पाड़ोलता ते शालापुर इंदगढ़ ते पूनिया मलिया कला ते सुनड़ा बहुत वधिया मुकाबले ने फर्स्ट राउंड खेडे जा रहे हैं जो देखते हैं कि बेस्ट आउट कि टीम चैंपियन बनती और कि खिलाड़ी